ਗੁਰੂ ਪਿਆਰੀ ਸਾਧ ਸੰਗਤ ਜੀਓ ਕੁਝ ਬੇਨਤੀਆਂ ਅੱਜ ਸਾਡੀਆਂ ਸਾਂਝੀਆਂ ਕਰਨੀਆਂ ਨੇ ਤੁਹਾਡੇ ਨਾਲ ਪੰਜਾਬ ਦੇ ਵਿਗੜਦੇ ਹਾਲਾਤ ਕਿਤੇ ਸ਼ਾਇਦ ਆਪਾਂ ਇਸ ਦੇ ਜ਼ਿੰਮੇਵਾਰ ਤੇ ਨਹੀਂ ਸੋ ਕਿਉਂ ਇਹ ਵਾਰਦਾਤਾਂ ਵਧੀਆਂ ਨੇ ਕੁਝ ਬੇਨਤੀਆਂ ਸੰਗਤੀ ਰੂਪ ਦੇ ਵਿੱਚ ਸਾਂਝੀਆਂ ਕਰਾਂਗੇ ਸਾਰੇ ਜਣੇ ਫਤਿਹ ਬਲਾਵਾ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੁੱਚੇ ਪੰਜਾਬ ਤੇ ਜੋ ਹਾਲਾਤ ਬਣੇ ਹੋਏ ਨੇ ਇਹ ਹਾਲਾਤ ਅਜੇ ਨਾ ਰਹਿਣ ਚੰਗੇ ਹੋ ਜਾਣ ਵਧੀਆ ਹੋ ਜਾਣ ਤੇ ਆਪਾਂ ਨੂੰ ਖੁਸ਼ਹਾਲ ਪੰਜਾਬ ਪਹਿਲਾਂ ਵਾਂਗੂ ਮਿਲੇ ਅੱਜ ਵਾਰਦਾ ਤਾਂ ਵੱਧ ਗਈਆਂ ਕਿਉਂ ਕਿ ਸਾਡੇ ਅੰਦਰ ਸ਼ਮਤਾ ਨਹੀਂ ਰਹੀ ਕਹਾਉਣ ਦੀ ਸ਼ਮਤਾ ਨਹੀਂ ਰਹੀ ਅਸੀਂ ਕਹਿਦੇ ਜਾਂਦੇ ਆ ਪਰ ਕਹਾਉਂਦੇ ਨਹੀਂ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਵੇਖੀਆਂ ਹੋਣੀਆਂ ਇੱਕ ਦੂਜੇ ਦੇ ਖਿਲਾਫ ਬੰਦਾ ਕਹਿੰਦਾ ਵੀ ਉਹ ਨਾ ਬੋਲ ਜੇ ਉਹ ਤੋਂ ਪਹਿਲਾਂ ਮੈਂ ਬੋਲ ਜਾ ਜੇ ਉਹਦੇ ਤਿੰਨ ਵਰਡ ਬੋਲੇ ਨੇ ਮੈਂ ਪੰਜ ਬੋਲਾਂ ਜੇ ਉਹਨੇ 15 ਕਹੇ ਨੇ ਮੈਂ 25 ਕਹਾਂ ਇਹ ਦੌੜ ਹੈ ਚੱਲੀ ਹੋਈ ਉਹ ਨਾ ਬੋਲ ਜੀ ਜੇ ਉਹਨੇ ਇੱਕ ਗੱਲ ਕੱਢੀ ਆ ਤਾਂ ਮੈਂ ਦੋ ਕੱਢੂੰ ਚਾਹੇ ਸੈਵਸੈਨਾਂ ਵਾਲੇ ਹੋਣ ਚਾਹੇ ਕੋਈ ਹੋਰ ਹੋਵੇ ਇੱਕ ਦੂਜੇ ਦੇ ਖਿਲਾਫ ਜ਼ਹਿਰ ਉਗਲਿਆ ਜਾ ਰਿਹਾ ਹੈ ਇੱਕ ਗੱਲ ਬੋਲਤੀ ਮੈਂ ਦੋ ਬੋਲੂੰ ਇੱਕ ਕਲਾਕਾਰ ਨੇ ਕਿਸੇ ਦੇ ਗਾਣਾ ਗਾਤਾ ਕੋਈ ਮਾੜੀ ਜੀ ਟਿੱਪਣੀ ਕਰਤੀ ਗੱਲ ਕਰਤੀ ਉਹ ਤਿੰਨ ਕਰੂੰ ਲੜਾਈਆਂ ਵੱਧ ਜਾਂਦੀਆਂ ਨੇ ਉਸ ਤੋਂ ਬਾਅਦ ਸੁਣਦੇ ਨਹੀਂ ਸੁਣਨ ਸ਼ਕਤੀ ਬਹੁਤ ਘਟ ਗਈ ਪੇਸ਼ਿਸ਼ ਘਟ ਗਈ ਅੰਦਰੋਂ ਤੇ ਅਸੀਂ ਕਹਿੰਨੇ ਆ ਵੀ ਅੱਗੇ ਨਿਕਲੀਏ ਅੱਗੇ ਨਿਕਲਣ ਦੀ ਦੌੜ ਦੇ ਵਿੱਚ ਪਤਾ ਨਹੀਂ ਅੱਗੇ ਕਿਹੜਾ ਕੋਈ ਮੈਡਲ ਲਈ ਖੜਾ ਜਾਂ ਕੋਈ ਲੋਈ ਲਈ ਖੜਾ ਵੀ ਸਾਡਾ ਸਨਮਾਨ ਹੋਊਗਾ ਵੀ ਵਾਹ ਜੀ ਵਾ ਉਹ ਕਰਤਾ ਜੀ ਅੱਜ ਬੰਦੇ ਨੂੰ ਚੱਕਾਂ ਵਾਲੇ ਬਹੁਤ ਨੇ ਸਮਝਦਾਰ ਸਮਝਦੇ ਨੇ ਮੂਰਖ ਬਹਿਸ ਕਰਦੇ ਨੇ ਫਰਕ ਤੇ ਇੰਨਾ ਕੋ ਆ ਤੇ ਮੈਂ ਇੱਕ ਘਟਨਾ ਸਾਂਝੀ ਕਰਦਾ ਆਨੰਦਪੁਰ ਸਾਹਿਬ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਹ ਘਟਨਾ ਵੀ ਸ਼ਾਇਦ ਇਸੇ ਦਾ ਨਤੀਜਾ ਆ ਉਹ ਨੌਜਵਾਨ ਜਿਹੜਾ ਆ ਕੇ ਟੈਟੂਆਂ ਦਾ ਕੰਮ ਸਿੱਖਣ ਲੱਗ ਪਿਆ ਸੀ ਕੈਨੇਡਾ ਦਾ ਪੀਆਰਸੀ ਉਹ ਮੁੰਡਾ ਪ੍ਰਦੀਪ ਸਿੰਘ ਉਹਦਾ ਕਤਲ ਹੋਇਆ ਤੇ ਹੋਲਾ ਮਹੱਲਾ ਵੇਖਣ ਦੇ ਲਈ ਆਇਆ ਸੀ ਵੀ ਮੈਂ ਹੋਲੇ ਮਹੱਲਾ ਜਾਇਆ ਮਾਂ ਮੱਥਾ ਟੇਕ ਆਵਾ ਤੇ ਹਰ ਕੋਈ ਜਾਣਦਾ ਹੈ ਗੁਰੂ ਘਰ ਦਰਸ਼ਨ ਕਰਨ ਦੇ ਲਈ ਖੁਸ਼ੀਆਂ ਲੈਣ ਦੇ ਲਈ ਪਰ ਉਹ ਨੌਜਵਾਨ ਗਿਆ ਪਰ ਵਾਪਸ ਨਹੀਂ ਆਇਆ ਉਹਦਾ ਕਸੂਰ ਇਹ ਸੀ ਕਿ ਲੱਚਰ ਗਾਣੇ বজਾ ਰਹੇ ਕੁਝ ਨੌਜਵਾਨਾਂ ਨੂੰ ਨੇ ਰੋਕਿਆ ਕਿ ਭਾਈ ਇਹ ਨਾ ਕਰੋ ਤੁਸੀਂ ਗੁਰੂ ਘਰ ਆਏ ਹੋ ਬਸ ਉਦੋਂ ਬਾਅਦ ਲੜਾਈ ਸ਼ੁਰੂ ਹੋ ਗਈ ਨਿਆਂਕ ਸਿੰਘ ਦਾ ਕਤਲ ਹੋ ਗਿਆ ਕੋਈ ਨਹੀਂ ਬੋਲਿਆ ਸਾਰੇ ਲੀਡਰਾਂ ਦੀਆਂ ਜੀਬਾਂ ਨੂੰ ਗੰਡਾਂ ਪੈ ਗਈਆਂ ਤੇ ਹਰ ਕੋਈ ਚੁੱਪ ਕਰਕੇ ਬੈਠ ਗਿਆ ਤੇ ਜੇ ਇਹੋ ਹੀ ਕਤਲ ਨਿਹੰਗ ਸਿੰਘਾਂ ਨੇ ਕੀਤਾ ਹੁੰਦਾ ਤੇ ਫੇਰ ਵੇਖ ਲਓ ਕਿੰਨਾ ਚੀਕਾ ਰੌਲੀ ਪੈਣੀ ਸੀ ਹਫਤਾ ਹਫਤਾ ਖਬਰਾਂ ਚੱਲੀ ਜਾਣੀ ਜਿਵੇਂ ਨਿਹੰਗਾਂ ਨੇ ਕਤਲ ਕਰਤਾ ਜੀ ਸਿੰਘੂ ਬਾਰਡਰ ਵਾਂਗੂ ਸਾਰੀਆਂ ਚੀਜ਼ਾਂ ਉਡਣੀਆਂ ਸੀ ਅੱਜ ਕੋਈ ਨਹੀਂ ਬੋਲ ਰਿਹਾ ਇੱਕ ਦੋ ਲੀਡਰ ਬੋਲੇ ਨੇ ਸਿਆਣੇ ਸਮਝਦਾਰ ਉਹਨਾਂ ਨੇ ਕਿਹਾ ਨਿਖੇਦੀ ਕੀਤੀ ਹੈ ਭਾਈ ਵੀ ਬਹੁਤ ਗਲਤ ਹੋਇਆ ਇਨਸਾਨੀਅਤ ਦੇ ਨਾਤੇ ਇੱਕ ਦੂਜੇ ਦਾ ਕਤਲ ਚੰਗੀ ਗੱਲ ਨਹੀਂ ਹੈਗੀ ਕੋਈ ਬਹੁਤ ਗਲਤ ਹੋਇਆ ਪਰ ਕੋਈ ਲੀਡਰ ਹੋਰ ਨਹੀਂ ਬੋਲਿਆ ਆਪੋ ਆਪਣੇ ਮਸਲਿਆਂ 'ਚ ਰੌਲਿਆ ਚੁੜਜੇ ਪਏ ਨੇ ਜੇ ਇਹ ਨਹੀਂ ਬੋਲਦੇ ਅਸੀਂ ਵੋਟਾਂ ਕਾਹਦੇ ਲਈ ਪਾਈਆਂ ਨੇ ਇਹਨਾਂ ਨੂੰ ਇਹ ਪੰਜਾਬ ਦੇ ਨਮਾਇंदे ਨਹੀਂ ਚਾਹੇ ਕੋਈ ਦਿਹਾੜੀਦਾਰ ਕੰਮ ਕਰਨ ਵਾਲਾ ਬੰਦਾ ਜੇ ਤਖਲੀਫ ਦੇ ਵਿੱਚ ਇਹਨਾਂ ਦਾ ਫਰਜ਼ ਬਣਦਾ ਉਹਦੇ ਹੱਕ 'ਚ ਖੜਨ ਜਾ ਕੇ ਇਹ ਮਤਲਬ ਨਹੀਂ ਹੈਗਾ ਵੀ ਤੁਸੀਂ ਵੋਟਾਂ ਲੈ ਲਈਆਂ ਸਾਡਾ ਕੰਮ ਖਤਮ ਹੋ ਗਿਆ ਨਹੀਂ ਨਹੀਂ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਜੀਆਂ ਗੱਲਾਂ ਤੇ ਵੀ ਤੁਹਾਨੂੰ ਰਗੜ ਕੇ ਅਸੀਂ ਫੋੜਿਆ ਤੇ ਲਾਉਣਾ ਨਜਾਇਜ਼ ਹੋਇਆ ਤੁਹਾਡੇ ਸਾਹਮਣੇ ਹੋਇਆ ਤੁਸੀਂ ਇੱਕ ਪੋਸਟ ਵੀ ਨਹੀਂ ਸਰੀ ਤੁਹਾਡੇ ਤੋਂ ਤੁਸੀਂ ਹਾਂ ਦਾ ਨਾਰਾ ਵੀ ਨਹੀਂ ਮਾਰ ਸਕੇ ਵੀ ਭਾਈ ਇਹ ਗੱਲ ਬਹੁਤ ਗਲਤ ਹੋਈ ਹੈ ਤੁਸੀਂ ਇਸ ਗੱਲ ਬਾਰੇ ਕਿਉਂ ਨਹੀਂ ਬੋਲਦੇ ਤੇ ਸਾਰੀਆਂ ਨਿਆਗ ਸਿੰਘ ਜੱਥੇਬੰਦੀਆਂ ਚੁੱਪ ਕਰਕੇ ਬੈਠ ਗਈਆਂ ਠੀਕ ਹੈ ਜਿਹੜੇ 1 2 ਜਥੇਬੰਦੀਆਂ ਵਾਲੇ ਜਥੇਦਾਰ ਸਿੰਘ ਸਹਿਬਾਨ ਅੱਗੇ ਆਏ ਨੇ ਤੇ ਉਹਨਾਂ ਨੇ ਕਿਹਾ ਵੀ ਇਨਸਾਫ ਦੀ ਸਾਨੂੰ ਉਮੀਦ ਹੈ ਮਿਲੂਗਾ ਜੇ ਨਾ ਮਿਲਿਆ ਤੇ ਅਸੀਂ ਖੁਦ ਇਨਸਾਫ ਕਰਾਂਗੇ ਠੀਕ ਹੈ ਇਹ ਗੱਲ ਹੋਣੀ ਚਾਹੀਦੀ ਹੈ ਅੱਜ ਇਹ ਲੋਕ ਇੱਕ ਨੂੰ ਪੈ ਗਏ ਕੱਲ ਨੂੰ ਕਿਸੇ ਹੋਰ ਨੂੰ ਪੈ ਜਾਣਗੇ ਇਦਾਂ ਤੇ ਮੰਢੀਰ ਦੇ ਹੌਸਲੇ ਬੁਲੰਦ ਹੋ ਜਾਣਗੇ ਅੱਜ ਇੱਕ ਨੂੰ ਕਰਕੇ ਕੱਲ ਨੂੰ ਇਹ ਬਹੁਤ ਕੁਝ ਕਰਨਗੇ ਕੱਲ ਨੂੰ ਤੇ ਗੁਰੂ ਘਰਾਂ ਦੇ ਕਾਬਜ ਹੋ ਜਾਣਗੇ ਇਹ ਲੋਕ ਕੱਲ ਨੂੰ ਹੋਰ ਵੀ ਬਹੁਤ ਵਾਰਦਾਤਾ ਹੋਣ ਗਿਆ ਮੈਂ ਬੇਨਤੀ ਕਰਾਂ ਖੁੱਡੀਆਂ ਪਿੰਡ ਦੇ ਵਿੱਚ ਬੇਅਦਵੀ ਹੋਈ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਤੇ ਨਹੀਂ ਕੋਈ ਬੋਲਿਆ ਇੱਕ ਸ਼ਰਿਆਮ ਨੌਜਵਾਨ ਮੁੰਡਾ ਅੰਦਰ ਆਉਂਦਾ ਹੈ ਗਰੰਥੀ ਸਿੰਘ ਤੇ ਉਹ ਜਿਹੜੀ ਟੰਬਾ ਚੁੱਕਿਆ ਹੁੰਦਾ ਉਹਦੇ ਨਾਲ ਵਾਰ ਕਰਦਾ ਆ ਕੇ ਤੇ ਨੰਗੇ ਸਿਰ ਇਦਾਂ ਹੀ ਘਰ ਚਾਵੜਦਾ ਜੀ ਇਹ ਲੋਕਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਤਾਂ ਪੁੱਛਿਆ ਕਿ ਕਿਉਂ ਮਾਰਿਆ ਕਹਿੰਦਾ ਮੈਨੂੰ ਆ ਬਾਬਾ ਜੀ ਜੋ ਬਾਣੀ ਪੜ ਰਹੀ ਸੀ ਮੈਨੂੰ ਸਹੀ ਨਹੀਂ ਲੱਗੀ ਵੀ ਤੈਨੂੰ ਸਹੀ ਲੱਗਣ ਦੇ ਲਈ ਹੁਣ ਅਸੀਂ ਬਹੁਤ ਵੱਡਾ ਕੋਈ ਉਪਰਾਲਾ ਕਰੀਏ ਪ੍ਰਬੰਧ ਕਰੀਏ ਵੀ ਤੈਨੂੰ ਸਹੀ ਲੱਗ ਜੇ ਤੂੰ ਕੌਣ ਹੋ ਨਾ ਸਹੀ ਜਾਂ ਗਲਤ ਦਾ ਪ੍ਰਚਾਰ ਕਰਨ ਵਾਲਾ ਇਹੋ ਜੇ ਹਾਲਾਤ ਬਣ ਗਏ ਪੰਜਾਬ ਦੇ ਇਹਨਾਂ ਲੋਕਾਂ ਨੂੰ ਨਾਥ ਨਹੀਂ ਨਾ ਪਈ ਜੇਕਰ ਇਹਨਾਂ ਲੋਕਾਂ ਨੂੰ ਨਾਥ ਪੈ ਜਾਵੇ ਨਾ ਫੇਰ ਗੱਲ ਬਣ ਜੇ ਅਸਲ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਗਿਆ ਕੋਈ ਨਹੀਂ ਬੋਲਿਆ ਤੇ ਜਿਹੜੇ ਬੋਲੇ মিডিਆ ਵਾਲੇ ਚੈਨਲ ਵੀ ਬੋਲੇ ਠੀਕ ਐ ਸੱਚ ਨੂੰ ਮੂਰੇ ਰੱਖਣਾ ਨਿਰਪੱਖ ਸੱਚ ਕਰਕੇ ਤੇ ਇੱਕ ਉਹ ਬੰਦੇ ਨੇ ਜਿਹੜੇ ਹਜੇ ਤੱਕ ਬੋਲੇ ਹੀ ਨਹੀਂ ਜਿਹੜੇ ਅਜਨਾਲਾ ਘਟਨਾ ਤੇ ਚੀਕ-ਚੀਕ ਕੇ ਵੀਡੀਓ ਪਾਉਂਦੇ ਸੀ ਨਾ ਅਜਨਾਲਾ ਘਟਨਾ ਤੇ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਗਏ ਜੀ ਥਾਣੇ ਚ ਲੈ ਗਏ ਜੀ ਉਹਨਾਂ ਨੇ ਪੁਲਿਸ ਦੇ ਵਾਰ ਕੀਤਾ ਜੀ ਨਿਹੱਤੀ ਪੁਲਿਸ ਦੇ ਵਾਰ ਕੀਤਾ ਮੈਂ ਕਹਿੰਦਾ ਕੋਟਕਪੂਰਾ ਵਿਦਬੀ ਕਾਂਡ ਹੋਇਆ ਸੀ ਉਥੇ ਨਿਹੱਤੀ ਸੰਗਤ ਦੇ ਉੱਤੇ ਪੁਲਿਸ ਨੇ ਗੋਲੀਆਂ ਚਲਾਤੀਆਂ ਸੀ ਪੁਲਿਸ ਨੇ ਹੱਤੀ ਕਿਵੇਂ ਹੋ ਜੂਗੀ ਪਹਿਲਾਂ ਇਹ ਗੱਲ ਦੱਸੋ ਜੀ ਕੀ ਉਹਨਾਂ ਕੋਲੇ ਆਪਣੇ ਸਰਵਿਸ ਰਵਾਲਵਰ ਨਹੀਂ ਸੀ ਬੰਦੂਕਾਂ ਨਹੀਂ ਸੀ ਉਹਨਾਂ ਕੋਲੇ ਲਾਠੀਆਂ ਨਹੀਂ ਸੀ ਫਿਰ ਉਹ ਨਿਹੱਤੇ ਕਿਵੇਂ ਹੋ ਗਏ ਤੇ ਹਾਂ ਠੀਕ ਹੈ ਜਿਹੜੇ ਅਫਸਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੇ ਵਿੱਚ ਸਿਰ ਢਕੇ ਉਹਨਾਂ ਨੇ ਸਤਕਾਰ ਕੀਤਾ ਸੀ ਉਹਨਾਂ ਦਾ ਅਦਬ ਕਰਦੇ ਆ ਪਰ ਜਿਹੜੇ ਚੀਖ ਚੀਕ ਕੇ ਕਹਿ ਰਹੇ ਸੀ ਨਾ ਐ ਹੋ ਗਿਆ ਜੀ ਫਲਾਣਾ ਹੋ ਗਿਆ ਜੀ ਅੱਜ ਉਹਨਾਂ ਦੀ ਜੀਵ ਨੂੰ ਗੰਡਾ ਪੈ ਗਈ ਆ ਅੱਜ ਨਹੀਂ ਬੋਲੇਗੀ ਰਵਨੀਤ ਬਿੱਟੂ ਵਰਗੇ ਅਮਰਿਤਪਾਲ ਦੇ ਖਿਲਾਫ ਬੋਲਣਾ ਜਾਣਦੇ ਨੇ ਪਰ ਅੱਜ ਰਵਨੀਤ ਬਿੱਟੂ ਦੀ ਜੀਭ ਟੁੱਟ ਕੇ ਡਿੱਗੀ ਉਹ ਨਹੀਂ ਬੋਲੇਗਾ ਵੀ ਆਨੰਦਪੁਰ ਸਾਹਿਬ ਦੇ ਵਿੱਚ ਘਟਨਾ ਵਾਪਰੀ ਹੈ ਜੀ ਮੈਂ ਉਸ ਦੀ ਨਖੇਦੀ ਕਰਦਾ ਅੱਜ ਨਹੀਂ ਬੋਲੇਆ ਫਿਰ ਗਲਤ ਗੱਲ ਹੈ ਨਾ ਬੋਲਣਾ ਚਾਹੀਦਾ ਹੈ ਹਮਦਰਦੀ ਜ਼ਰੂਰੀ ਹੈ ਕਿਉਂਕਿ ਅਸੀਂ ਲੋਕਾਂ ਨੇ ਤੁਹਾਨੂੰ ਚੁਣਿਆ ਆਪਣੇ ਨਮਾਇंदे ਬਣਾ ਕੇ ਤੁਹਾਨੂੰ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਭੇਜਿਆ ਹੈ ਜੇ ਤੁਸੀਂ ਸਾਡੇ ਲਈ ਨਹੀਂ ਬੋਲ ਸਕਦੇ ਫਿਰ ਅਸੀਂ ਤੁਹਾਡੇ ਤੋਂ ਕੋਈ ਉਮੀਦ ਨਹੀਂ ਕਰ ਸਕਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਵਾਰ ਦਾ ਤਾਂ ਆਪ ਹੀ ਰੁਕ ਜਾਣ। ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਮੈਂ ਕਹਿੰਦਾ ਪੰਜਾਬ ਦੇ ਵਿੱਚ ਤੇ ਕੀ ਹੋਰ ਪਾਸੇ ਵੀ ਨਾ ਹੋਣ। ਇਹ ਚੀਜ਼ਾਂ ਰੋਕਣ ਇਨਸਾਨੀਅਤ, ਇਨਸਾਨ ਇੱਕ ਦੂਜੇ ਇਨਸਾਨ ਦੀ ਕੀਮਤ ਨੂੰ ਸਮਝੇ ਫਿਰ ਸ਼ਾਇਦ ਕੁਝ ਹੋ ਸਕਦਾ ਹੈ। ਸੋ ਨਹੀਂ ਤਾਂ ਫਿਰ ਇਦਾਂ ਹੀ ਹਾਲਾਤ ਮਾੜੇ ਹੁੰਦੇ ਰਹਿਣਗੇ ਤੇ ਇੱਕ ਦਿਨ ਉਹ ਆ ਜਾਊਗਾ ਜਦੋਂ ਪਹਿਲਾ ਵਰਗੇ ਹਾਲਾਤ ਬਣ ਜਾਣਗੇ 84 ਤੋਂ ਬਾਅਦ ਜਦੋਂ ਆਪੋ ਆਪਣੇ ਘਰ ਛੱਡ ਕੇ ਲੋਕ ਹੋਰ ਨਾਲ ਸੂਬਿਆਂ ਦੇ ਵਿੱਚ ਜਾ ਕੇ ਰਹਿਣ ਲੱਗ ਪਏ ਸੀ ਕਿਤੇ ਉਹ ਸਮਾਂ ਨਾ ਆ ਜਾਏ ਹਾਲਾਤਾਂ ਤੋਂ ਤੰਗ ਆ ਕੇ ਕਿਤੇ ਪੰਜਾਬ ਨੂੰ ਛੱਡਣ ਤੇ ਕੋਈ ਮਜਬੂਰ ਨਾ ਹੋ ਜਾਏ ਇਹ ਧਿਆਨ ਰੱਖਿਓ ਜਿਹੜੇ ਕਾਤਲ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹੜੇ ਨੌਜਵਾਨ ਦਾ ਕਤਲ ਹੋਇਆ ਉਹਦੇ ਪਰਿਵਾਰ ਦੇ ਨਾਲ ਹਮਦਰਦੀ ਹੈ ਸਤਿਗੁਰੂ ਕਿਰਪਾ ਕਰਨ ਅਜੇ ਹੀ ਘਟਨਾ ਕਿਤੇ ਨਾ ਹੀ ਵਾਪਰੇ ਤਾਂ ਚੰਗਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ